ਵੀ ਕਾਰਵਾਈ ਕਰੂੰਗਾ। ਨਹੀਂ ਤੁਸੀਂ ਮੇਰੀ ਗੱਲ ਕਹੀ ਕਰ ਰਹੀ ਆ, ਕਰ ਲੈਂਦੇ ਪਹਿਲਾਂ ਇੱਥੇ ਮੈਂ ਗੱਲ ਕਰਦਾ ਵੇ ਤੁਸੀਂ ਪਹਿਲਾਂ ਡਿਊਟੀ 'ਚ ਬਿਗਣਾ ਪਾ ਮੇਰੀ ਵਾਲੀ 'ਚ ਤੁਹਾਨੂੰ ਕਿਹਾ ਕੀ ਮਤਲਬ ਇਹਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਇੱਕ ਪੱਤਰਕਾਰ ਨੇ ਜਦੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਨੇ ਧੱਕਾ ਮੁੱਕੀ ਕੀਤੀ ਜਾ ਰਹੀ ਆ। ਤੁਹਾਨੂੰ ਕਿਹਾ ਕੀ ਮਤਲਬ ਇਹਦਾ ਤੁਸੀਂ ਤੁਹਾਨੂੰ ਫੜੋ ਸਰਕਾਰ ਕਾ ਵੀ ਟਾਈਮ ਦਿਆ ਜਾਏ। ਜੋ 20,000 ਰੁਪਏ ਦੇ ਰਹੇ ਹਮ 20-25,000 ਰੁਪਏ ਮੰਗ ਰਹੇ ਹਮ ਲੋਕ ਪਾਸ ਉਹ ਨਹੀਂ ਹੈ। ਹਮ ਮਨਾ ਨਹੀਂ ਕਰ ਰਹੇ ਆਰ ਸੀ ਬਣਾਉਣ ਕੇ ਲਈ, ਹਮ ਲੋਕ ਤਿਆਰ ਹੈ, ਪਰ ਸਰਕਾਰ ਕੋਈ ਕੈਂਪ ਲਾ, ਕੋਈ ਸਕੀਮ ਲਾਈ ਜਾਏ ਨਾ ਕਿ ਆਪ ਇਸ ਪੈਸੋ ਮੇਂ ਇਤਨੇ ਪੈਸੋ ਮੇਂ ਬਣਾ ਲੋ। ਅਭੀ 25-25,000 ਮੰਗ ਰਹੇ, 20 ਅਰਜੈਂਟ ਹੈ, ਦਲਾਲ ਡਾਲੇ ਹੋਏ, ਦਲਾਲ ਆਪਣੀ ਕਮਿਸ਼ਨ ਮੰਗ ਰਹੇ, ਹਮ ਲੋਕ ਪਾਸ ਇਤਨਾ ਪੈਸਾ ਹੈ ਹੀ ਨਹੀਂ। 3500 ਰੁਪਏ ਇੱਕ ਸਾਲ ਦਾ ਟੈਕਸ ਹੈ, ਹਮ ਸਰਕਾਰ ਦੇ ਸਾਥ ਹੈ, ਹਮ ਮਦਦ ਨਹੀਂ ਕਰ ਰਹੇ। ਈ ਰਿਕਸ਼ਾ ਦੇ ਉੱਤੇ ਬ੍ਰਦਰ ਨੰਬਰ ਪਲੇਟਸ ਲੱਗੀਆਂ ਹੋਈਆਂ ਨੇ, ਕਈਆਂ ਦੇ ਵਿੱਚ ਨਹੀਂ ਲੱਗੀਆਂ ਹੋਈਆਂ। ਜਿਨ੍ਹਾਂ ਦੇ ਨਹੀਂ ਲੱਗੀਆਂ ਹੋਈਆਂ ਉਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਬਟ ਜੋ ਅਕੋਰਡਿੰਗ ਟੂ ਇਹਨਾਂ ਦੇ ਕਈ ਇਹਨਾਂ ਦੇ ਵੀ ਮੁੱਦੇ ਹੈਗੇ ਨੇ ਕਿ ਆਰ ਸੀ ਇਹਨਾਂ ਨੂੰ ਟਾਈਮ ਸਿਰ ਨਹੀਂ ਮਿਲ ਰਹੀ, ਜਿਸ ਕਰਕੇ ਇਹ ਨਹੀਂ ਕਰ ਰਹੇ। ਅਸੀਂ ਉਹਦੇ ਵਿੱਦ ਸੰਬੰਧਿਤ ਡਿਪਾਰਟਮੈਂਟ ਐਂਡ ਸੀਨੀਅਰ ਅਫੀਸ਼ੀਅਲ ਇਹਦੇ ਸੰਬੰਧ ਵਿੱਚ ਕਰਕੇ ਜੋ ਬਣਦੀ ਕਾਰਵਾਈ ਹੈਗੀ ਉਹ ਕਰਾਂਗੇ ਜੀ। ਬ੍ਰਦਰ ਉਹ ਅਸੀਂ ਕਾਰਵਾਈ ਜੋ ਉਹਦੇ ਹਿਸਾਬ ਨਾਲ ਜੋ ਬਣਦਾ ਹੋਇਆ ਉਹ ਵੀ ਦੇਖ ਲਵਾਂਗੇ। ਬਟ ਐਟ ਦ ਮੂਮੈਂਟ ਅਸੀਂ ਜਿਹੜੇ ਆਮ ਪਬਲਿਕ ਹੈਗੀ ਹੈ, ਅਗਰ ਉਹਨਾਂ ਨੂੰ ਜੋ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਕ੍ਰੀਏਟ ਹੋ ਰਹੀ ਹੈ, ਅਸੀਂ ਉਹ ਪਹਿਲਾਂ ਸੌਟ ਆਊਟ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਥੈਂਕ ਯੂ। ਕੋਈ ਕਾਰਵਾਈ ਕਰੂੰਗਾ ਨਹੀਂ, ਤੁਸੀਂ ਮੇਰੀ ਗੱਲ ਕਹੀ ਕਰ ਰਹੀ ਆ, ਕਰ ਲੈਂਦੇ ਪਹਿਲਾਂ ਗੱਲ ਕਰਦਾ ਵੇ ਤੁਸੀਂ ਪਹਿਲਾਂ ਡਿਊਟੀ 'ਚ ਬਿਗਣਾ ਪਾ ਮੇਰੀ ਵਾਲੀ 'ਚ ਮੈਂ ਕਦੀ ਡਿਊਟੀ 'ਚ ਬਿਗੜਦਾ, ਤੁਹਾਨੂੰ ਕੁਝ ਪੁੱਛ ਲਿਆ ਡਿਊਟੀ 'ਚ ਬਿਗੜ ਪੈ ਗਿਆ ਤੇ ਪਹਿਲਾਂ ਤੁਸੀਂ ਕਲੀਅਰ ਆਊਟ ਕਰ ਲੈ ਤੁਸੀਂ ਮੈਨੂੰ ਇਸ਼ੂ ਹੈਗਾ ਮਾਰਦੇ ਪਏ ਹੋ ਡਿਊਟੀ 'ਚ ਬਿਗੜ ਨਹੀਂ ਕਿਹੜਾ ਡਿਊਟੀ 'ਚ ਮੈਨੂੰ ਧੱਕੇ ਕਿਉਂ ਮਾਰਦੇ ਕਿਹੜਾ ਧੱਕਾ ਵੱਜਾ ਤੁਹਾਨੂੰ ਮੇਰੇ ਕੈਮਰੇ ਸਭ ਕੁਝ ਨਹੀਂ ਮਾਰਦੇ ਕੋਈ ਗੱਲ ਨਹੀਂ ਪਹਿਲਾਂ ਤੇ ਇਸ਼ੂ ਕ੍ਰੀਏਟ ਕਰਾ ਲਵੋ ਫਿਰ ਉਹ ਤੋਂ ਜੋ ਕਰਨਾ ਹੋਵੇ ਕਰ ਲਿਓ ਇਸ਼ੂ ਕ੍ਰੀਏਟ ਕਰ ਲਿਓ ਤੁਸੀਂ ਕਲੀਅਰ ਕਿਹਾ ਤੁਸੀਂ ਕਿਹੜਾ ਕਰਨਾ ਹੈ ਤੁਹਾਨੂੰ ਕਿਹਾ ਕੀ ਮਤਲਬ ਇਹਦਾ ਕੋਈ ਗੱਲ ਤੇ ਤੁਸੀਂ ਇਸ਼ੂ ਸਾਨੂੰ ਫੜੋ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਇੱਕ ਪੱਤਰਕਾਰ ਨੇ ਜਦੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਨੇ ਧੱਕਾ ਮੁੱਕੀ ਕੀਤੀ ਜਾ ਰਹੀ ਆ।
सरकार को भी टाइम दिया जाए। ये जो 20,000 रुपए दे रहे हैं हमसे, 20-25 हजार रुपए मांगे, हम लोगों के पास वो नहीं है। हम मना नहीं कर रहे, हमें आरसी बनवाने के लिए हम लोग तैयार है, पर सरकार कोई कैंप लगा, कोई स्कीम लाई जाए ना कि आप इस पैसों में, इतने पैसों में बना लो। अभी 25-25 हजार मांग रहे, 20 में अर्जेंट है, दलाल डाले हुए, दलाल अपनी कमीशन मांग रहे, हम लोगों के पास इतना पैसा है ही नहीं। 3500 रुपए एक साल का टैक्स है, हम सरकार के साथ है, हम मदद नहीं कर रहे हैं। पुलिस वाला अफसर खड़ा होता है, ई रिक्शा ब्रदर नंबर प्लेट लगिया हुई ने, कई नहीं लगिया हुई, जिन्हों के नहीं लगिया हुई उन्होंने उत्ते जी बनती कार्रवाई की जा रही है। बट जो अकॉर्डिंग टू इन्हों कई इन्हों के भी मुद्दे है कि आरसी इन्होंने टाइम सिर नहीं मिल रही, इस करके नहीं कर रहे। असं और विद संबंधित डिपार्टमेंट सीनियर ऑफिशियल से संबंध में करके जो बनती कार्रवाई है करा जी ब्रदर, वो अभी कार्रवाई जो और हिसाब से जो बनता हो भी देख लवेंगे। बट एट द मोमेंट अभी जो आम पब्लिक हैगी है, अगर उन्होंने जो प्रॉब्लम आ रही है उन्होंने क्रिएट हो रही है, अभी वो पहले सॉर्ट आउट करवा की कोशिश कर रहे हैं। थैंक यू।